ਕੀ ਆ, ਸਾਰੀ ਦਿਹਾੜੀ ਰੀਲਾਂ ਹੀ ਆ ਦੇਖੀਆਂ ਨੇ ਰਹਿਣੀਆਂ ਜਾਂ ਰੋਟੀ ਲਿਆ, ਬੰਨਤੀ ਰੋਟੀ ਮੇਰੀ। ਆ ਦੇਖੋ ਮੇਰੀਆਂ ਸਾਰੀਆਂ ਫਰੈਂਡ ਆਪਣੇ ਹਸਬੈਂਡ ਨਾਲ ਘੁੰਮਣ ਗਈਆਂ ਹੋਣੀਆਂ ਤੇ ਤੁਸੀਂ ਮੇਰੇ ਇੱਕ ਦਿਨ ਵੀ ਘੁਮਾਉਣ ਨਹੀਂ ਲੈ ਕੇ ਗਏ। ਕਿੰਨਾ ਟਾਈਮ ਹੋ ਗਿਆ ਆਪਣੇ ਵਿਆਹ ਨੂੰ, ਕਿਤੇ ਮੈਨੂੰ ਕਿਹਾ ਵੀ ਆਪਾਂ ਘੁੰਮਣ ਚੱਲੀਏ। ਉਹ ਚੱਲਾਂਗੇ, ਚੱਲ ਵੜਾਂਗੇ, ਠੇਕੇਦਾਰ ਤਾਂ ਪਹਿਲਾਂ ਨਹੀਂ ਪੈਸੇ ਦਿੰਦਾ। ਕਿੰਨੇ ਦਿਨਾਂ ਤੱਕ ਅਰੇਂਜਮੈਂਟ ਹੋ ਸਕਦਾ ਤੁਹਾਡਾ ਪੈਸਿਆਂ ਦਾ? ਉਹ ਅਜੇ ਉਹ ਤੋਂ ਪਹਿਲਾਂ ਵਾਲੇ ਨਹੀਂ, ਮੈਂ ਤਾਂ ਮੁੜੇ ਉਹ ਖੜੇ ਆ ਉਹਦੇ, ਕੋਈ ਨਹੀਂ ਮੈਂ ਪੈਸੇ ਨਹੀਂ ਬਣਨੇ। ਉਹ ਮੈਂ ਪੁੱਛ ਲੂੰ, ਕੋਈ ਨਹੀਂ ਤੂੰ ਜਾ ਟਿਫਨ ਲਿਆ, ਮੈਂ ਜਾਵਾਂ ਕੰਮ ਤੇ, ਫਿਰ ਉਹ ਬੋਲਦਾ ਮੈਨੂੰ। ਆ ਫੜੋ ਟਿਫਨ ਤੇ ਪੈਸਿਆਂ ਦਾ ਪ੍ਰਬੰਧ ਕਰ ਲਿਓ, ਤੁਸੀਂ ਨਹੀਂ ਮੇਰੇ ਚਾਹ ਪੂਰੇ ਕਰ ਸਕਦੇ। ਉਹ ਮੈਂ ਕਰ ਦੂੰਗਾ, ਅੰਨ ਨੂੰ ਕਿਉਂ ਐਂ ਸੁੱਟਦੀ ਆ, ਇਹ ਤਾਂ ਖਾਣੀ, ਇਹਦੇ ਖਾਤਰ ਤੁਰਿਆ ਫਿਰਦਾ ਸਾਰੀ ਦਿਹਾੜੀ। ਰੱਬਾ ਕਿਸੇ ਨੂੰ ਇੰਨੀ ਵੀ ਗਰੀਬੀ ਨਾ ਦੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਝਾੜੂ ਲਾਈ ਜਾਂਦੀ ਸੀ। ਹਾਂਜੀ ਆ ਜਾਓ ਬਹਿ ਜਾਓ। ਝਾੜੂ ਮਾਰਦੀ ਸੋਹਣੀ ਲੱਗਦੀ, ਤੂੰ ਤਾਂ ਪੜ੍ਹੀ ਲਿਖੀ ਸੀ, ਕਿਸੇ ਦਫ਼ਤਰਾਂ ਚ ਰਹਿੰਦੀ, ਕੁਰਸੀਆਂ ਤੇ ਰਹਿੰਦੀ, ਐਸ਼ ਕਰਦੀ, ਇਹਨੇ ਤੈਨੂੰ ਫਸਾਤਾ ਇੱਥੇ। ਚੱਲ ਕੋਈ ਨੀ ਬੁੱਤ, ਤੂੰ ਇੰਨੀ ਟੈਨਸ਼ਨ ਵੀ ਨਾ ਹੁਣ ਲੈ, ਮੈਂ ਤਾਂ ਖੰਡ ਲੈਣ ਆਈ ਸੀ, ਜੇ ਪੂਰਾ ਹੈਗੀ ਤਾਂ ਦੇ। ਹਾਂਜੀ ਮੈਂ ਦੇਖੂਗੀ ਨਾ ਇਹਨਾਂ ਦੇ ਹੁਣ ਕਿਵੇਂ ਅੱਗ ਬਾਲਦੀ ਆ ਚੁੱਲ੍ਹੇ ਦੇ ਵਿੱਚ। ਕਹਿੰਦੇ ਅਸੀਂ ਤਾਂ ਬਾਹਲੀ ਸੋਹਣੀ ਬਹੂ ਲਿਆਂਦੀ, ਬਾਹਲੀ ਸੋਹਣੀ ਬਹੂ ਤਾਂ ਤੁਸੀਂ ਲਿਆਂਦੀ, ਘਰ ਦਾ ਤਾਂ ਤੁਸੀਂ ਪੱਠਾ ਬਹਾਈ ਬੈਠੀ। ਕਹਿੰਦੇ ਆ ਸਾਡੇ ਤਾਂ ਬਾਹਲੀ ਸੋਹਣੀ ਬਹੂ ਹੈ। ਇਹ ਕਿਧਰੋਂ ਕਿਧਰੋਂ ਆਉਂਦੀ ਹੈ, ਇਹਦੇ ਤਾਂ ਚੱਟੇ ਰੁੱਖ ਨਹੀਂ ਹਰੇ ਹੋਏ, ਇਹ ਸਾਡੇ ਘਰੇ ਕਿਵੇਂ ਵੜ ਗਈ? ਰੱਬਾ ਸੁੱਖ ਰੱਖੀ, ਇਸ ਜਨਾਨੀ ਤੋਂ ਬਚਾ ਕੇ ਰੱਖੀ। ਆ ਫੋਨ ਜੇ ਪਤਾ ਨਹੀਂ ਕਿਹਨੇ ਚਲਾ ਦਿੱਤਾ, ਜਵਾਕ ਜੇ ਸਾਰੀ ਦਿਹਾੜੀ ਉੱਤੇ ਲੱਗੇ ਰਹਿੰਦੇ ਆ, ਕਿਤੇ ਵਿੰਗੇ ਹੋ ਗਏ ਭਾਈ ਨੀਲਮ। ਜਾ ਪੁੱਤ ਰੋਟੀ ਰਾਟੀ ਲੈ ਕੇ ਆ। ਹੈਲੋ ਹੈਲੋ, ਹਾਂ ਸਿਮਰਨ ਕੀ ਹਾਲ ਆ? ਵਧੀਆ ਵਧੀਆ, ਤੂੰ ਸੁਣਾ ਡੀਅਰ ਕਿਵੇਂ ਆ? ਵਧੀਆ ਠੀਕ ਆ, ਤੁਸੀਂ ਦੱਸੋ ਕਿਵੇਂ ਚੱਲਦੀ ਤੇਰੀ ਮੈਰਿਡ ਲਾਈਫ? ਹਾਂ ਬਸ ਠੀਕ ਚੱਲਦੀ ਆ। ਹਾਂ ਬਸ ਠੀਕ, ਤਾਂ ਮੈਂ ਅੰਦਾਜ਼ਾ ਲਾ ਹੀ ਲਿਆ ਕਿਵੇਂ ਚੱਲਦੀ ਆ। ਤੂੰ ਤਾਂ ਨਾ ਆਪਣੀ ਸੱਚੀ ਆਪ ਜ਼ਿੰਦਗੀ ਬਰਬਾਦ ਕੀਤੀ ਆ, ਇੱਕ ਪਿੰਡ 'ਚ ਵਿਆਹ ਤੇ ਉੱਤੋਂ ਜੁਆਇੰਟ ਫੈਮਿਲੀ। ਇੱਧਰ ਦੇਖ, ਆਪਾਂ ਤਾਂ ਪਹਿਲਾਂ ਸ਼ਰਤ ਰੱਖੀ ਸੀ ਵਿਆਹ ਕਰਾਉਣਾ ਤੇ ਸ਼ਹਿਰ ਦੇ ਵਿੱਚ ਕਰਾਉਣਾ, ਕੱਲਾ ਕੱਲਾ ਮੁੰਡਾ ਚੰਡੀਗੜ੍ਹ ਦੇ ਵਿੱਚ ਐਸ਼ ਕਰੀਦੀ, ਆਪਾਂ ਕੋਠੀ ਕਾਰ ਸ਼ਾਮ ਨਾਲ ਸ਼ਾਪਿੰਗ ਸ਼ੁਪਿੰਗ ਤੇ ਜਾਈਦਾ, ਤੇ ਤੂੰ ਸੜਿਆ ਕਰ ਪੜ੍ਹ ਲਿਖ ਕੇ ਚੁੱਲ੍ਹੇ ਦੇ ਵਿੱਚ। ਆਹੀ ਲਾਈਫ ਹੋਊਗੀ ਤੇਰੀ ਵੀ? ਤੜਕੇ ਰੋਟੀਆਂ ਪਕਾ ਲਓ, ਸ਼ਾਮ ਨੂੰ ਪਕਾ ਲਓ, ਭਾਂਡੇ ਮਾਂਜ ਲਓ, ਕੱਪੜੇ ਧੋ ਲਓ, ਕੀ ਫਾਇਦਾ ਹੋਇਆ ਇੰਨੀ ਪੜ੍ਹਾਈ ਲਿਖਾਈ ਦਾ? ਹਾਂ ਯਾਰ ਕੀ ਕਰਾਂ ਹੁਣ, ਪੇਰੈਂਟਸ ਦੇ ਵੀ ਤਾਂ ਆਖੇ ਲੱਗਣਾ ਸੀ ਨਾ, ਉਹਨਾਂ ਨੇ ਜਿੱਥੇ ਕਰਤਾ ਫਿਰ ਮੈਨੂੰ ਵੀ ਤਾਂ ਕਰਵਾਉਣਾ ਹੀ ਪੈਣਾ ਸੀ। ਪਰ ਤੈਨੂੰ ਵੀ ਤਾਂ ਥੋੜੀ ਕੰਡੀਸ਼ਨਸ ਰੱਖਣੀਆਂ ਚਾਹੀਦੀਆਂ ਸੀ ਨਾ, ਤੂੰ ਵੀ ਤਾਂ ਇੰਨੀ ਪੜ੍ਹਾਈ ਕੀਤੀ ਆ, ਪੜ੍ਹਾਈ ਲਿਖਾਈ ਕਿਸ ਕੰਮ ਆਈ ਦੀ, ਆਖਰ ਤੇ ਰੋਟੀਆਂ ਹੀ ਪਕਾਉਣੀਆਂ ਸੀਗੀਆਂ ਘਰ ਦੀਆਂ। ਪਰ ਉਹ ਵੀ ਪਿੰਡ ਦੇ ਵਿੱਚ ਜਾ ਕੇ, ਓ ਮਾਈ ਗਾਡ, ਤੂੰ ਹੀ ਕਰ ਸਕਦੀ ਆ, ਮੈਂ ਨਹੀਂ ਕਰ ਸਕਦੀ, ਸੋਰੀ। ਚਲ ਠੀਕ ਹੈ ਯਾਰ, ਚਲ ਠੀਕ ਹੈ ਫਿਰ, ਓਕੇ। ਬੋਲੇ ਆ ਭਾਈ ਰੋਟੀ ਨੀ ਲਵਾਂ? ਹਾਂਜੀ ਆਈ ਬਾਪੂ ਜੀ, ਆ ਲਓ ਬਾਪੂ ਜੀ ਰੋਟੀ। ਪੁੱਤ ਰੋਟੀ ਤਾਂ ਖਾ ਲਈਆਂ, ਪਰ ਇੱਕ ਗੱਲ ਸੁਣੋ, ਕਿ ਜਿੱਦਾਂ ਘਰਾਂ ਦੀਆਂ ਨੂੰਹਾਂ ਧੀਆਂ ਨਾ, ਆ ਖੂਨ ਦੇ ਜਿਵੇਂ ਤੁਸੀਂ ਕਰਦੇ ਸੀ ਐਕਸ਼ਨ ਵੀ ਉਵੇਂ ਕਰਦੀਆਂ, ਸੋਹਣੀਆਂ ਨਹੀਂ ਲੱਗਦੀਆਂ। ਬਾਪੂ ਜੀ ਮੇਰਾ ਆਪਣਾ ਲਾਈਫ ਸਟਾਈਲ ਆ, ਮੈਂ ਆਪਣੇ ਢੰਗ ਨਾਲ ਜ਼ਿੰਦਗੀ ਜਾਣਾ ਚਾਹੁੰਦੀ ਹਾਂ, ਮੈਂ ਪੜ੍ਹੀ ਲਿਖੀ ਹਾਂ, ਤੁਹਾਡੇ ਵਾਂਗੂ ਅਨਪੜ੍ਹ ਗੰਵਾਰ ਨਹੀਂ। ਕਿਉਂ ਜਿਹਾ ਜ਼ਮਾਨਾ ਆ ਗਿਆ, ਸਾਰੀ ਦਿਹਾੜੀ ਕੰਜਰ ਕਿਤੇ ਗੁਜ਼ਰੇ ਰਹੀ, ਜਣਿਆਂ ਨੂੰ ਸਾਨੂੰ ਊਂ ਨਹੀਂ ਪਤਾ ਸੀ,
ਕੁਛ ਨਹੀਂ ਦੇਖਿਆ ਸੀ। ਅੱਜ ਕੱਲ੍ਹ ਆਹ ਫੋਨਾਂ ਨੇ ਚੱਖਣਾ ਹੀ ਪੜਤੀ ਦੁਨੀਆ ਦੀ। ਚਲੋ ਡੱਬਾ ਦਸਕਾਰ ਨਸਿਆ ਕੀ ਬਣੂਗਾ ਦੁਨੀਆ, ਪਤਾ ਨਹੀਂ ਕਿਹੜੇ ਰਹਿਣਾ ਇਸ ਮੂਡ ਜਿਹਾ ਖਰਾਬ ਆ, ਫਿਰ ਜਾ ਦੱਸਦਾ ਸੀ, ਤੂੰ ਚੱਲ ਘਰੇ ਆਉਣਾ। ਮੈਂ ਕੀ ਕਰੇਗਾ ਜਿਸ ਤਰ੍ਹਾਂ ਜਵਾਕ ਨੂੰ ਦੱਸਦੇ ਹਾਂ, ਇਹਨੂੰ ਵੀ ਟੈਨਸ਼ਨ ਪੈ ਗਈ। ਬਾਕੀ ਤੇਰੇ ਕੋਲ ਕਿਹੜਾ ਬਾਹਲੀ ਜ਼ਮੀਨ ਹੈ, ਦੱਸ ਦੱਸ ਕੇ ਉੱਠ ਗਈ, ਉਹਨਾਂ ਨੇ ਜਲੂਸ ਕੱਢੂਗੀ। ਪੰਜਾਬ 'ਚ ਕੁੜੀਆਂ ਦਾ ਤਾਂ ਅੱਗੇ ਕਾਲ ਪਿਆ। ਤਾਂ ਚੱਲ ਦੜ ਵੱਟ ਗੁਜ਼ਾਰਾ ਕਰ। ਆ ਜਾਓ ਆਪਾਂ ਰੀਲ ਬਣਾਈਏ। ਉਹ ਨਹੀਂ ਹਰ ਜਿਆ ਕਰ ਕਿਸੇ ਟਾਈਮ ਤਾਂ ਸਾਰੀ ਜਿਹੜੀ ਕੰਜਰ ਖਾਨਾ ਬਣਾ ਰੱਖਿਆ ਕਰ ਲੂ। ਨਾ ਹੁਣ ਕੀ ਹੋ ਗਿਆ? ਮੇਰੇ ਨਾਲ ਦੇ ਵੀ ਕਹਿੰਦੇ ਸੀਗੇ ਮੁੰਡੇ, ਕਹਿੰਦੇ ਤੇਰੇ ਘਰ ਵਾਲੀ ਬਾਲੀ ਕਹਿੰਦੇ ਫੇਮਸ ਹੋਈ ਆ, ਮਸ਼ਹੂਰ ਹੋਈ ਆ ਤਾਂ ਫੇਮਸ ਹੋਈ ਪਈ ਆ। ਯਾਰ ਮੇਰਾ ਆਪਣਾ ਲਾਈਫ ਸਟਾਈਲ ਆ, ਜ਼ਿੰਦਗੀ ਜਿਉਂਦਾ, ਮੈਂ ਆਪਣੇ ਢੰਗ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਹਾਂ। ਜ਼ਿੰਦਗੀ ਢੰਗ ਨਾਲ ਤੈਨੂੰ ਰੋਕਿਆ ਕੀ ਨੇ, ਪਰ ਆਹ ਕੰਜਰ ਖਾਨਾ ਕਰਨਾ ਹਟ ਜਿਆ ਕਰ ਕਿਸੇ ਟਾਈਮ। ਤੁਸੀਂ ਮੈਨੂੰ ਅੱਗੇ ਵੀ ਕੀ ਲੈ ਕੇ ਦਿੱਤਾ, ਇੱਕ ਮਹੀਨਾ ਹੋ ਗਿਆ ਪੂਰਾ ਸੂਟ ਮੰਗਦੀ ਨੂੰ, ਕਦੇ ਲੈ ਕੇ ਦਿੱਤਾ ਤੁਸੀਂ ਮੈਨੂੰ? ਨਾਲੇ ਕੀ ਕਿਹਾ ਤੂੰ ਬਾਪੂ ਨੂੰ? ਯਾਰ ਮੈਂ ਤੇਰੇ ਬਾਪੂ ਨੂੰ ਕੁਛ ਨਹੀਂ ਕਿਹਾ, ਗੱਲ ਸੁਣ ਲਓ ਮੇਰੀ ਇੱਕ। ਕੱਲ੍ਹ ਨੂੰ ਮੇਰੇ ਮਾਮ ਡੈਡੀ ਕੋਲ ਮੈਨੂੰ ਛੱਡ ਕੇ ਆਇਓ, ਜਿਹੜੀ ਵੀ ਚੀਜ਼ ਮੈਨੂੰ ਚਾਹੀਦੀ ਮੈਂ ਉਹਨਾਂ ਕੋਲ ਲੈ ਆਊਂਗੀ। ਚੰਗਾ ਮੈਂ ਛੱਡ ਆਊਂਗਾ। ਹਾਂ ਮੈਂ ਹੋਰ ਤੁਹਾਡੇ ਨਾਂਗਾ ਕੋਲ ਉਮੀਦ ਵੀ ਕੀ ਕਰ ਸਕਦੀ ਹਾਂ, ਅਤੇ ਕੱਲ੍ਹ ਮੈਨੂੰ ਛੱਡ ਕੇ ਆਇਓ ਪੱਕਾ। ਹੁਣ ਤੂੰ ਕਿੱਧਰ ਦੀ ਤਿਆਰੀ ਖਿੱਚ ਲਈ? ਨਾ ਮੈਂ ਕੱਲ ਤੁਹਾਨੂੰ ਕਿਹਾ ਤਾਂ ਸੀ ਮੈਂ ਤੇ ਪੇਕੇ ਜਾਣਾ। ਰੋਟੀ ਕੌਣ ਬਣਾਊਗਾ? ਮੈਨੂੰ ਤੁਹਾਡੀ ਰੋਟੀ ਦੀ ਜ਼ਿੰਮੇਵਾਰੀ ਨਹੀਂ, ਪਰ ਤੁਹਾਡੀ ਖਾਤਰ ਮੈਂ ਆਪਦੇ ਪੇਕੇ ਵੀ ਛੱਡਦਾ। ਯਾਰ ਘਰ ਦੀ ਵੀ ਕੋਈ ਜ਼ਿੰਮੇਦਾਰੀ ਹੁੰਦੀ ਆ। ਤੁਸੀਂ ਮੈਨੂੰ ਛੱਡਣ ਜਾਣਾ ਕਿ ਮੈਂ ਵਸਦੇ ਜਾਵਾਂ? ਤੂੰ ਚੱਲ ਛੱਡਿਆ ਆਉਣਾ ਯਾਰ। ਚਾਬੀ ਮਗਰ ਤਾਂ ਨੀ ਕੁਛ ਹੋਣਾ। ਨਾ ਹੁਣ ਇਹਨੂੰ ਕੀ ਹੋ ਗਿਆ ਤੇਰੇ ਪਿਓ ਨੂੰ? ਦੇਖਦਾ ਇਹਨੂੰ ਤਾਂ ਠੀਕ ਕਰਵਾ ਲਿਆ ਕਰ, ਜਦੋਂ ਪਤਾ ਹੁੰਦਾ ਨਿੱਤ ਆਉਣਾ ਜਾਣਾ ਇੱਥੇ। ਉਹ ਦੇਖਦਾ ਠੀਕ ਸੀਗਾ, ਤੇਰਾ ਨਹੀਂ ਕੁਛ ਬਣ ਸਕਦਾ। ਮੇਰੇ ਤੋਂ ਨੀ ਚੱਲ ਹੁੰਦਾ ਹੁਣ। ਤੂੰ ਦਿਖਾ ਲਾ ਜਾ ਕੇ, ਠੀਕ ਆ? ਤੁਸੀਂ ਨੀਲਮ ਇੱਥੇ? ਸਮਰ ਤੁਸੀਂ ਇੱਧਰ ਕਿੱਧਰ? ਮੈਂ ਤਾਂ ਪਿੰਡ ਚੱਲਿਆ ਸੀ, ਚੰਡੀਗੜ੍ਹੋਂ ਆਇਆ। ਆਹ ਕੌਣ ਨੇ ਭਾਈ ਸਾਹਿਬ? ਇਹ ਕੁਝ ਖਾਸ ਨਹੀਂ ਜਿਹੜਾ ਤੁਹਾਨੂੰ ਇੰਟਰੋਡਿਊਸ ਕਰਾਵਾਂ ਇਹਨਾਂ ਨਾਲ। ਯਾਰ ਗੱਲ ਸੁਣੋ, ਮੈਨੂੰ ਮੇਰੇ ਘਰ ਤੱਕ ਡ੍ਰੌਪ ਕਰ ਦੇ। ਆ ਜਾਓ, ਚੱਲ ਉਰੋ ਆ ਜਾਓ।
ਸਮਰ ਤੁਸੀਂ ਅੱਜ ਵੀ ਮੈਨੂੰ ਪਸੰਦ ਕਰਦੇ ਹੋ? ਹਾਂ ਜੀ, ਉਨਾ ਹੀ ਕਰਦਾ ਜੀ ਜਿੰਨਾ ਪਹਿਲਾਂ ਕਰਦਾ ਸੀ। ਤੇ ਫਿਰ ਆਪਾਂ ਮੈਰਿਜ ਕਰਵਾ ਲਈਏ। ਮੈਰਿਜ ਕਰਾ ਲਾਂਗੇ, ਤੂੰ ਕਹਿੰਦਾ ਚੰਡੀਗੜ੍ਹ ਚੱਲ, ਪਤਾ ਨਜ਼ਾਰੇ ਲੈਣੇ, ਮੈਂ 2-3 ਮਹੀਨੇ ਫਿਰ ਦੇਖ ਲਾਂਗੇ। ਵਿਆਹ ਤਾਂ ਕੀ ਆ, ਜਦੋਂ ਮਰਜ਼ੀ ਕਰਾ ਲਏ ਬੰਦਾ। ਮੈਂ ਕਹਿੰਦੀ ਸੀ ਆਪਾਂ ਮੈਰਿਜ ਕਰਵਾ ਲੈਂਦੇ। ਕਰਵਾ ਲਾਂਗੇ ਕਰਵਾ ਲਾਂਗੇ, ਕੋਈ ਨਾ ਕਰਵਾ ਲਾਂਗੇ। ਚੰਡੀਗੜ੍ਹ ਚੱਲੋ ਪਹਿਲਾਂ ਮੇਰੇ ਨਾਲ, ਸ਼ੋਪਿੰਗਾਂ ਕਰਦੇ ਹਾਂ। ਮੇਰੀ ਧੀ ਆ ਗਈ ਤੇ ਫੋਨ ਨਹੀਂ ਕੀਤਾ ਤੂੰ? ਬਸ ਵੈਸੇ ਹੀ ਹੈ। ਤੇ ਪ੍ਰਾਹੁਣਾ ਨਹੀਂ ਆਇਆ? ਪ੍ਰਾਹੁਣਾ ਕਿੱਥੇ ਆ? ਪ੍ਰਾਹੁਣੇ ਦਾ ਤਾਂ ਜਹਾਜ਼ ਖਰਾਬ ਹੋ ਗਿਆ ਸੀ ਰਾਹ 'ਚ, ਉਹ ਤਾਂ ਪਿੱਛੇ ਮੁੜ ਗਿਆ। ਉਹ ਤਾਂ ਲੜ ਕੇ ਤਾਂ ਨਹੀਂ ਆ ਗਈ ਤੂੰ? ਇੰਨੀ ਘਬਰਾਈ ਪਈ ਆ। ਲੜਨਾ ਤਾਂ ਮਾਂ 'ਚ ਬਾਕੀ ਆ, ਤੁਸੀਂ ਤਾਂ ਮੈਨੂੰ ਖੂਹ 'ਚ ਧੱਕਾ ਦੇ ਦਿੱਤਾ। ਉਹਨਾਂ ਨੰਗਾ ਕੋਲ ਤਾਂ ਕੁਛ ਵੀ ਨਹੀਂ, ਮੈਨੂੰ ਦਿਨ ਰਾਤ ਹਮੇਸ਼ਾ ਸੂਟ 'ਚ ਕੱਟਣਾ ਪੈਂਦਾ। ਚੱਲ ਹੁਣ ਤੂੰ ਘਬਰਾ ਨਾ ਤੇ ਬਹਿ ਜਾ, ਮੈਂ ਪਾਣੀ ਲੈ ਕੇ ਆਉਂਦੀ। ਦੇਖ ਪੁੱਤ, ਜਦੋਂ ਇਸ ਘਰੇ ਮੈਂ ਆਈ ਸੀ ਨਾ ਉਦੋਂ ਕੁਛ ਵੀ ਨਹੀਂ ਸੀਗਾ, ਹੈਂ। ਇਸ ਤੇਰੇ ਬਾਪੂ ਨੇ ਤੇ ਮੈਂ ਰਲ ਕੇ ਇੱਥੋਂ ਤੀਕਰ ਪਹੁੰਚ ਗਏ। ਦੇਖ ਪੁੱਤ, ਜਦੋਂ ਬੁੜੀ ਨਾ ਘਰ ਪੱਟਣ 'ਤੇ ਆਵੇ, ਸੂਈ ਨਾਲ ਵੀ ਪੱਟਿਆ ਜਾਂਦਾ, ਉਹ ਵੀ ਪੱਟ ਦਿੰਦੀ ਹੈ ਸੂਈ ਨਾਲ ਵੀ। ਜੇ ਜੋੜਨ 'ਤੇ ਆ ਜੇ ਉਹੀ ਘਰ ਸਿਉਣਾ ਬਣਾ ਦਿੰਦੀ ਹੈ। ਅਤੇ ਫਿਰ ਮੈਂ ਕੀ ਕਰਾਂ? ਤੇਰਾ ਅਸਲੀ ਘਰ ਤੇਰਾ ਉਹੀ ਆ, ਤੈਨੂੰ ਉੱਥੇ ਹੀ ਰਹਿਣਾ ਪੈਣਾ। ਤੇਰੇ ਪਿਓ ਦਾ ਤੇਰਾ ਸਹੁਰਾ ਖਾਸ ਮਿੱਤਰ ਸੀ, ਜਿਸ ਦਿਨ ਤੂੰ ਜੰਮੀ ਸੀ ਉਸ ਦਿਨ ਤੈਨੂੰ ਅਸੀਂ ਉਸ ਉਹਨਾਂ ਦੇ ਝੋਲੀ ਪਾਤਾ ਸੀ। ਤੇਰਾ ਤੇ ਜੀਤੇ ਦਾ ਰਿਸ਼ਤਾ ਅਸੀਂ ਛੋਟੇ ਹੁੰਦੇ ਹੀ ਤੈਅ ਕਰਤਾ ਸੀ, ਪਰ ਮਾਂ ਉਹਨਾਂ ਕੋਲ ਤਾਂ ਕੁਝ ਵੀ ਨਹੀਂ। ਮੈਂ ਹੁਣ ਉੱਥੇ ਨਹੀਂ ਜਾਣਾ, ਹੁਣ ਇੱਥੇ ਰਹਿਣਾ ਮੈਂ। ਤੈਨੂੰ ਇੰਨੀ ਪੜ੍ਹਾਈ ਕਰਾਈ ਦਾ ਮੇਰਾ ਕੀ ਫਾਇਦਾ? ਜੇ ਤੇਰੀ ਸੋਚ ਹੀ ਇਹੀ ਆ, ਤੂੰ ਪੜ੍ਹਾਈ ਤੋਂ ਕੰਮ ਲੈ, ਮਹਿੰਗਾਈ ਦਾ ਜ਼ਮਾਨਾ, ਇਕੱਲੇ ਪ੍ਰਾਹੁਣੇ ਦੀ ਕਮਾਈ ਦਾ ਨਹੀਂ ਕੁਛ ਬਣਦਾ। ਤੁਸੀਂ ਦੋਨੇ ਜਾਣੇ ਕਮਾਓ ਤੇ ਮੈਂ ਜੀਤੇ ਨੂੰ ਕਹਿ ਦੇਣਾ ਕੋਈ ਨਾ ਕੋਈ ਤੇਰੇ ਵਾਸਤੇ ਨੌਕਰੀ ਭਾਲ ਲੂੰਗਾ। ਤੇ ਜੇ ਤੇਰਾ ਮਨ ਦਾ ਕੋਈ ਗੱਲ ਨਹੀਂ, ਤੂੰ ਦੋ ਤਿੰਨ ਦਿਨ ਰਹਿ ਕੇ ਮੈਂ ਤੈਨੂੰ ਜਾ ਕੇ ਛੱਡ। ਬਾਪੂ ਜੀ, ਤੁਸੀਂ ਮੇਰੀਆਂ ਅੱਖਾਂ ਖੋਲਤੀਆਂ। ਮੈਂ ਤਾਂ ਕਿਸੇ ਦਾ ਪੱਕਾ ਵੇਖ ਕੇ ਆਪਦਾ ਕੱਚਾ ਵੀ ਢਾਹ ਲੈਣਾ ਸੀ। ਮੈਂ ਤੇ ਜੀਤ ਰਲ ਕੇ ਕੰਮ ਕਰਾਂਗੇ ਤੇ ਅਸੀਂ ਉਸੇ ਆਪਦੇ ਘਰ ਨੂੰ ਬਹੁਤ ਵਧੀਆ ਖੁਸ਼ਹਾਲ ਬਣਾਵਾਂਗੇ। ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ। ਕੋਈ ਨਹੀਂ, 4 ਦਿਨ ਹੋਏ ਗਈ ਨੂੰ ਸੋਰੀ, ਨਾ ਫੋਨ ਨਾ ਪਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਨੂੰ ਹੀ ਯਾਦ ਕਰੀ ਜਾਂਦਾ ਸੀ। ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਹੋਰ ਜੀ ਠੀਕ ਠਾਕ ਹੋ? ਠੀਕ ਆ, ਤੁਸੀਂ ਸੁਣਾਓ ਫਸਲ ਬਾੜੀ ਠੀਕ ਆ? ਹਾਂਜੀ ਹਾਂਜੀ ਵਧੀਆ। ਕਿੱਧਰ ਹੋਏ ਹੋ? ਧੁੰਦ ਜਾਂਦੇ ਲੱਗ ਗਏ ਜੀ। ਹਾਂਜੀ ਹਾਂਜੀ ਸਾਰਾ ਠੀਕ ਠਾਕ, ਤੁਸੀਂ ਦੱਸੋ ਜੀ ਕਿਵੇਂ? ਦਾਦਾ ਜੀ, ਜੇ ਕੁੜੀ ਨੇ ਕੋਈ ਗਲਤੀ ਕਰ ਲਈ ਉਹਦੀ ਮੈਨੂੰ ਮਾਫ਼ੀ ਦਿਓ ਤੁਸੀਂ। ਕੁੜੀ ਗਾਂਹ ਤੁਸੀਂ ਇਹੋ ਜਿਹਾ ਮੌਕਾ ਨਹੀਂ ਦਿੰਦੀ, ਤਾਂ ਕੁੜੀ ਚੱਕਣਾ 'ਚ ਆ ਗਈ ਸੀ ਅਤੇ ਗਾਂਹ ਨੂੰ ਮੈਂ ਵੀ ਕੁੜੀ ਨੂੰ ਸਮਝਾਇਆ ਵੀ ਕਿਰਾਂ ਇਹਨੂੰ ਮਾਫ਼ ਕਰ। ਕੋਈ ਗੱਲ ਨਹੀਂ ਸਰਦਾਰ ਜੀ, ਤੁਸੀਂ ਇਹਦੇ ਮਾਪੇ ਹੋ, ਤੁਸੀਂ ਵੀ ਇਹਨੂੰ ਸਮਝਾ ਕੇ ਰੱਖੋ। ਸਾਡੀ ਵੀ ਧੀ ਹੈ, ਅਸੀਂ ਵੀ ਸਮਝਾ ਕੇ ਰੱਖਾਂਗੇ ਜੀ। ਅਸੀਂ ਸਮਝਾ ਕੇ ਲਿਆਂਦਾ ਜੀ ਹੁਣ। ਹਾਂ ਕੋਈ ਨਹੀਂ ਬਾਪੂ ਜੀ, ਤੁਸੀਂ ਗੱਲਬਾਤ ਕਰੋ ਤੇ ਮੈਂ ਚਾਹ ਬਣਾ ਕੇ ਲੈ ਕੇ। ਹਾਂ ਪੁੱਤ, ਜਦ ਤੂੰ ਚਾਹ ਬਣਾ ਕੇ ਲੈ ਕੇ। ਜੇ ਕੋਈ ਗੱਲਬਾਤ ਹੈ ਤੇ ਆਪਦੇ ਪਿਓ ਨੂੰ ਹੁਣ ਦੱਸ ਦੇ। ਸਰਦਾਰ ਜੀ, ਕੁੜੀ ਤਾਂ ਹੋ ਗਈ ਗਲਤੀ, ਹੁਣ ਮੈਂ ਸਮਝਾਤਾ ਕੁੜੀ ਗਾਂ ਨੂੰ ਮੌਕਾ ਨਹੀਂ ਦਿੰਦੀ ਗਲਤੀ ਕਰਦਾ, ਫਿਰ ਤੁਸੀਂ ਕੁੜੀ ਨੂੰ ਮਾਫ਼। ਕੋਈ ਨਹੀਂ, ਬਾਕੀ ਇਹ ਮੁੰਡੇ ਨੂੰ ਪੁੱਛ ਲਓ। ਬਸ ਡੈਡੀ, ਤੁਸੀਂ ਸਮਝਾ ਤਾ ਬਾਕੀ। ਬਸ ਬੁਲਾਰ ਸਿਓਂ ਇੱਕ ਗੱਲ ਹੋਰ। ਹਾਂਜੀ, ਕੁੜੀ ਨੂੰ ਨਾ ਇੰਨਾ ਕੁ ਸਮਝਾਓ, ਮੈਂ ਕਹਿੰਦਾ ਸੋਹਣਾ ਨਹੀਂ ਲੱਗਦਾ। ਉਹ ਨਾ ਸਾਰੀ ਦਿਹਾੜੀ ਮੋਬਾਈਲ 'ਤੇ ਲੱਗੀ ਰਹਿੰਦੀ ਹੈ, ਉਹਨੂੰ ਕਹ ਪੁੱਤ ਕਬੀਲਦਾਰਾਂ ਦਾ ਕੰਮ ਨਹੀਂ ਇਹ, ਬਸ ਆਹੀ ਗੱਲ ਹੈ। ਹੋਰ ਕੁੜੀ ਸਿਆਣੀ ਹੈ, ਕੰਮ ਧੰਦਾ ਸਾਰਾ ਜਾਣਦੀ ਹੈ। ਉਹ ਫੋਨ ਹੀ ਅੱਜ ਕੱਲ੍ਹ ਜਵਾਕਾਂ ਨੂੰ ਨਾ ਮੱਤ ਮਾਰੀ ਬੈਠਾ ਜਵਾਕਾਂ ਦੀ। ਬਸ ਉਹਨੂੰ ਇੰਨਾ ਕੁ ਸਮਝਾ ਦਿਓ ਵੀ ਪੁੱਤ ਫੋਨ 'ਤੇ ਇੰਨਾ ਨਹੀਂ ਲੱਗੀਦਾ ਹੁਣ। ਹਾਂ ਬਸ ਇੰਨੀ ਕੁ ਗੱਲ ਕਹਿ ਦਿਓ, ਨਹੀਂ ਮਾਫ਼ ਹੀ ਆ ਕੋਈ ਨਹੀਂ, ਆਪਣਾ ਧੀ ਪੁੱਤ ਆ, ਮਾਫ਼ ਨੂੰ ਤਾਂ ਕਿਹੜੀ ਗੱਲ। ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ। ਚਲੋ ਕੋਈ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਸਾਡੀ ਇਹ ਮੂਵੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਦਵਾਣਾ ਪ੍ਰੋਡਕਸ਼ਨ ਨੂੰ, ਕਿਉਂਕਿ ਸਾਡੀਆਂ ਇੱਦਾਂ ਦੀਆਂ ਮੂਵੀਆਂ ਤੁਹਾਨੂੰ ਆਉਂਦੀਆਂ ਰਹਿਣਗੀਆਂ। ਧੰਨਵਾਦ, ਧੰਨਵਾਦ ਸਭ ਦਾ ਜੀ। ਦਵਾਣਾ ਪ੍ਰੋਡਕਸ਼ਨ।